ਲੱਲੀ ਨੇ ਆਂਢਣਾ ਗੁਆਂਢਣਾ ਨੂੰ ਪੁੱਛਿਆ ਵੀ ਉਹ ਰੂੰ ਕਿਵੇਂ ਕੱਤੀਆਂ ਨੇ। ਉਹਨਾਂ ਨੂੰ ਪਤਾ ਸੀ ਕਿ ਵਲੱਲੀ ਤਾਂ ਵਲੱਲੀ ਹੀ ਹੈ, ਇਸ ਲਈ ਉਹਨਾਂ ਨੇ ਉਹਨੂੰ ਕਹਿ ਛੱਡਿਆ ਕਿ ਉਹ ਤਾਂ ਰਾਤ ਨੂੰ ਛੱਪੜ ਕੰਢੇ ਰੂੰ ਰੱਖ ਆਉਂਦੀਆਂ ਨੇ ਤੇ ਟਿੱਡੀਆਂ ਭੈਣਾਂ ਨੂੰ ਕਹਿ ਆਉਂਦੀਆਂ ਨੇ ਕਿ ਟਿੱਡੀਓ ਭੈਣੋ ਮੇਰਾ ਰੂੰ ਕੱਤ ਦੇਣਾ। ਟਿੱਡੀਆਂ ਭੈਣਾਂ ਰੂੰ ਕੱਤ ਦਿੰਦੀਆਂ ਨੇ ਤੇ ਅਸੀਂ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਜਾ ਕੇ ਕੱਤਿਆ ਕਤਾਇਆ ਸੂਤ ਲੈ ਆਉਂਦੀਆਂ। ਵਲੱਲੀ ਨੇ ਸੋਚਿਆ ਵੀ ਇਹ ਤਾਂ ਕੰਮ ਹੀ ਬਹੁਤ ਸੌਖਾ ਹੈ। ਉਹ ਕਹਿੰਦੀ ਠੀਕ ਹੈ, ਮੈਂ ਵੀ ਇਉਂ ਹੀ ਕਰੂੰ। ਰਾਤ ਨੂੰ ਵਲੱਲੀ ਨੇ ਆਪਣਾ ਸਾਰਾ ਰੂੰ ਛੱਪੜ ਦੇ ਕੰਢੇ ਧਰਿਆ ਤੇ ਕਿਹਾ, ਟਿੱਡੀਓ ਭੈਣੋ ਮੇਰਾ ਰੂੰ ਕੱਤ ਦਿਓ, ਮੈਂ ਸਵੇਰੇ ਰੂੰ ਲੈ ਕੇ ਜਾਊਂਗੀ। ਵਲੱਲੀ ਸਵੇਰ ਹੋਣ ਤੋਂ ਪਹਿਲਾਂ ਛੱਪੜ ਕੰਢੇ ਪਹੁੰਚੀ, ਪਰ ਉੱਥੇ ਰੂੰ ਕਿੱਥੇ ਸੀ? ਰੂੰ ਤਾਂ ਉਹਦੀਆਂ ਗੁਆਂਢਣਾਂ ਰਾਤ ਨੂੰ ਹੀ ਲੈ ਗਈਆਂ ਸੀ ਚੁੱਕੇ। ਵਲੱਲੀ ਨੇ ਛੱਪੜ ਕੰਢੇ ਖੜ ਕੇ ਵਾਰ ਵਾਰ ਟਿੱਡੀਆਂ ਭੈਣਾਂ ਨੂੰ ਆਵਾਜ਼ਾਂ ਮਾਰੀਆਂ, ਟਿੱਡੀਓ ਭੈਣੋ ਮੇਰਾ ਕੱਤਿਆ ਸੂਤ ਦੇ ਦੇਵੋ,